ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ ਮਾਰੇ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਆਪਾਂ ਨੂੰ ਇਹ ਸਾਰਾ ਖੇਲ ਸਮਝਾ ਰਹੇ ਨੇ ਕਿ ਸਾਡਾ ਜਿਹੜਾ ਮਨ ਹੈ ਕਿਸ ਤਰ੍ਹਾਂ ਸੋਬਾ ਇਸ ਲੋਕ ਦੇ ਵਿੱਚ ਪਰਵੇਸ਼ ਹੁੰਦਾ ਹੈ ਤੇ ਕਿਸ ਤਰ੍ਹਾਂ ਇਸ ਨੇ 52 ਦੇ ਨਾਲ ਖੇਲ ਖੇਲਣਾ ਹੈ ਤਾਂ ਜੋ ਇਸ ਖੇਲ ਨੂੰ ਜਿੱਤ ਸਕੇ। ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਰਮਾਉਂਦੇ ਵੀ ਜਦੋਂ ਇਹ ਮਨ ਇਸ ਲੋਕ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਇਹ ਪੰਜੇ ਜਣੇ ਇਸ ਪੌਣ ਦਾ ਸਤਲ ਉਗਾਰ ਦਿੰਦੇ ਨੇ। ਚੰਦ ਸੂਰਜ ਦਾ ਸਤਲ ਉਗਾਰ ਦਿੰਦੇ ਨੇ। ਜਿਸ ਕਰਕੇ ਇਹ ਫਿਰ ਤ੍ਰਲੋਕੀ ਦੇ ਵਿੱਚ ਚਲਾ ਜਾਂਦਾ ਹੈ ਪੌਣ ਨੂੰ ਛੱਡ ਦਿੰਦਾ ਹੈ। ਬੰਦਨਾਂ ਦੇ ਵਿੱਚ ਵੱਜ ਜਾਂਦਾ ਹੈ ਹੁਣ ਮਹਾਰਾਜ ਸਮਝਾਉਂਦੇ ਫਿਰ ਇਹ ਕਰਮ ਦੇ ਨਾਲ ਐਸਾ ਵੱਜਦਾ ਹੈ ਇਹ ਸੰਸਾਰ ਨੂੰ ਆਪ ਦਾ ਸਮਝਦਾ ਹੋਇਆ ਕਰਮ ਦੀ ਜ਼ਿੰਮੇਵਾਰੀ ਆਪ ਦੇ ਸਿਰ ਲੈ ਲੈਂਦਾ ਇਤਤਾਕਾ ਹੋਮੇ ਵਿੱਚ ਚਲਾ ਜਾਂਦਾ ਵੀ ਜੇ ਮੈਂ ਨਾ ਹੋਇਆ ਸ਼ਾਇਦ ਮੇਰਾ ਜਿਹੜਾ ਪਰਿਵਾਰ ਆ ਉਹ ਨਾ ਪਲ ਸਕੇ ਇਹ ਭੁੱਖੇ ਮਰ ਜਾਣਗੇ ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਸਾਰਿਆਂ ਦਾ ਮਾਤਾ ਪਿਤਾ ਉਹ ਪ੍ਰਮਾਤਮਾ ਹੈ। ਸਭ ਨੂੰ ਉਸ ਵਾਸਤੇ ਦੇ ਕੇ ਜਿੰਦਾ ਰੱਖ ਰਿਹਾ ਹੈ। ਸਭ ਨੂੰ ਇੱਥੇ ਭੇਜਣ ਤੋਂ ਪਹਿਲਾਂ ਉਸ ਨੇ ਸਾਰਿਆਂ ਦੇ ਰਿਜਕ ਦਾ ਪ੍ਰਬੰਧ ਕੀਤਾ ਹੈ। ਇਹ ਸਰੀਰ ਵਾਸਤੇ ਜੋ ਰਿਜਕ ਹੈ ਉਹ ਇਸ ਕਾਲ ਨੂੰ ਸੌਂਪ ਦਿੰਦਾ ਹੈ। ਸਾਡੇ ਮਨ ਦਾ ਜੋ ਰਿਜਕ ਹੈ ਉਹ ਨਿਜ ਕਰ ਦੇ ਵਿੱਚ ਰੱਖ ਦਿੰਦਾ ਹੈ। ਇਸ ਕਰਕੇ ਗੁਰੂ ਪਿਆਰਿਓ ਜਦੋਂ ਅਸੀਂ ਆਪਦੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਆਂ ਨਾਮ ਨਾਲ ਉਹ ਸਾਡੀ ਲੇਵ ਟੁੱਟ ਜਾਂਦੀ ਹੈ। ਫਿਰ ਅਸੀਂ ਇਸ ਤਰ ਲੋਕੀ ਦੇ ਵਿੱਚ ਇਹਨਾਂ ਪੰਜਾਂ ਦੇ ਰਾਹੀ ਦੁਖੀ ਹੁੰਨੇ ਆ। ਉਦੋਂ ਫਿਰ ਸਾਡਾ ਜਿਹੜਾ ਪਰਿਵਾਰ ਹੈ ਉਹ ਵੀ ਅਗਨ ਦਾ ਰੂਪ ਧਾਰਨ ਕਰ ਜਾਂਦਾ ਹੈ। ਤੇ ਜਿਹੜਾ ਇਹ ਸੰਸਾਰ ਹੈ ਇਹ ਵੀ ਸਾਡੇ ਵਾਸਤੇ ਅਗਨ ਦਾ ਰੂਪ ਧਾਰਨ ਕਰ ਜਾਂਦਾ ਹੈ। ਜਿਸ ਨੂੰ ਮਾਰੇ ਕਹਿੰਦੇ ਅਗਨ ਕਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਹਨ੍ਹਾਰ। ਫਿਰ ਉਦੋਂ ਸਾਡੇ ਗਲ ਦੇ ਵਿੱਚ ਮੋਹ ਦੀ ਜੜੀ ਫਾਈ ਪੈ ਜਾਂਦੀ ਹੈ। ਅਗਿਆਨਤਾ ਵਿੱਚ ਲੱਗ ਜਾਂਦਾ ਮਨ ਇਹ ਲੋਭ ਦੀਆਂ ਬੇੜੀਆਂ ਬਾਧ ਹੁੰਦੇ ਨੇ ਜਿਸ ਕਰਕੇ ਉਹ ਦਿਨ ਰਾਤ ਫਿਰ ਕਰ ਦੇ ਵਿੱਚ ਵੱਜ ਜਾਂਦਾ ਹੈ ਇਸ ਬਗਾਨੇ ਕਾਰਜ ਨੂੰ ਆਪ ਦਾ ਸਮਝਦਾ ਹੋਇਆ ਲਗਾਤਾਰ ਕਰਮ ਨਾਲ ਜੁਟ ਜਾਂਦਾ ਹੈ ਲੇਕਿਨ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਤੁਸੀਂ ਇਸ ਪਰਮ ਨੂੰ ਦੂਰ ਕਰੋ ਜਿਹੜਾ ਤੁਹਾਨੂੰ ਇਹ ਪੈ ਗਿਆ ਵੀ ਜੇ ਅਸੀਂ ਕਰਮ ਨਾ ਕੀਤਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ ਹੁਣ ਮਹਾਰਾਜ ਸਮਝਾ ਰਹੇ ਨੇ ਵੀ ਤੁਸੀਂ ਕਰਮ ਕਰਨ ਦਾ ਤਰੀਕਾ ਸਿੱਖ ਲਓ ਜਦੋਂ ਵੀ ਤੁਸੀਂ ਸੰਸਾਰ ਦਾ ਕੋਈ ਕਾਰਜ ਕਰਨਾ ਹੈ ਤੇ ਨਾਲ ਸਿਮਰਨ ਕਰਨਾ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਫਿਰ ਤੁਹਾਡੇ ਸੰਸਾਰ ਦੇ ਕਰਮ ਵਿੱਚ ਵੀ ਕੋਈ ਬਧਨ ਨਹੀਂ ਲੱਗੇਗਾ ਚਾਹੇ ਉਹ ਖੇਤੀ ਹੈ ਨੌਕਰੀ ਹੈ ਧਿਆੜੀ ਹੈ ਬਿਜ਼ਨਸ ਹੈ ਤੁਹਾਨੂੰ ਸੰਸਾਰ ਦਾ ਤਨ ਮਿਲੇਗਾ ਜਿਸ ਦੇ ਨਾਲ ਤੁਹਾਡੀਆਂ ਸਰੀਰਕ ਲੋੜਾਂ ਜਿਹੜੀਆਂ ਨੇ ਇਹ ਪੂਰੀਆਂ ਹੋਣਗੀਆਂ ਫਿਰ ਤੁਸੀਂ ਇਸ ਕਰਮ ਤੋਂ ਸਮਾ ਕੱਢ ਕੇ ਸੰਗਤ ਕਰਨੀ ਹੈ ਨਾਮ ਜਪਣਾ ਜੋ ਤੁਸੀਂ ਸੰਗਤ ਕਰੋਗੇ ਤੁਹਾਨੂੰ ਪ੍ਰੇਤ ਲੱਗੇਗਾ ਵੀ ਜਿਹੜਾ ਇਹ ਸਰੀਰ ਹੈ ਇਹ ਤਾਂ ਮਾਇਆ ਦਾ ਹੈ ਸਾਡਾ ਹੈ ਨਹੀਂ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਈ ਪਰਮ ਭਲਾ ਆ ਫਿਰ ਗੁਰੂਆਂ ਪਿਆਰਿਓ ਅਸੀਂ ਇਸ ਨੂੰ ਬਗਾਨਾ ਸਮਝਦੇ ਆਇਆ ਉਹਨਾਂ ਕੋ ਕਰਮ ਕਰਾਂਗੇ ਜਿਹਦੇ ਨਾਲ ਸਾਡਾ ਅਦ੍ਰਿਸ਼ਟ ਮਾਨ ਦਾ ਖੇਲ ਚੱਲਦਾ ਰਹੇ ਲੇਕਿਨ ਹੁਣ ਮਹਾਰਾਜ ਸਮਝਾਉਂਦੇ ਵੀ ਜੇਕਰ ਤੁਸੀਂ ਗੁਰੂ ਦੀ ਮੱਤ ਨੂੰ ਹਾਸਲ ਕਰ ਲਓ ਤੇ ਆਪਦੀ ਮੱਤ ਨੂੰ ਛੱਡ ਦਿਓ ਤੇ ਤੁਸੀਂ ਆਪਦੇ ਘਰ ਚਲੇ ਜਾਓ ਤੁਹਾਡੇ ਘਰ ਜਾਣ ਤੇ ਤੁਹਾਡਾ ਮਾਤਾ ਪਿਤਾ ਜਿਹੜਾ ਹੈ ਉਹ ਤੁਹਾਡੇ ਕਾਰਜ ਨੂੰ ਸੰਭਾਲ ਲੇਗਾ ਜੇਕਰ ਤੁਸੀਂ ਉਸ ਥਿਰ ਘਰ ਦੇ ਵਿੱਚ ਆਸਣ ਲਾ ਕੇ ਬੈਠ ਜਾਓ ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਇ ਸਵਾਰੇ ਦੋਸਤ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਾਖੀ ਕਰਤਾਰੀ ਫਿਰ ਗੁਰੂ ਪਿਆਰੋ ਉਹ ਮਾਲਕ ਜਿਹੜਾ ਸਾਡਾ ਕਾਰਜ ਕਰਦਾ ਕਿਉਂਕਿ ਮਨ ਥਿਰ ਕਰ ਬੈਠ ਗਿਆ ਫਿਰ ਉਹ ਜਿਹੜਾ ਸਤਗੁਰ ਹੈ ਉਹ ਆਪ ਇਸ ਕਾਰਜ ਨੂੰ ਸੁਭਾਲ ਲੈਂਦਾ ਫਿਰ ਮਹਾਰਾਜ ਅੱਗੇ ਸਮਝਾਉਂਦੇ ਜਿਵੇਂ ਜਿਵੇਂ ਅਸੀਂ ਥਿਰ ਕਰ ਬੈਠੇ ਰਹਿੰਨੇ ਨਾਮ ਵਿੱਚ ਸਮਾਈ ਜਾਂਨੇ ਮਾਨ ਅਮਰ ਤੇ ਪੀ ਜਾਂਦਾ ਹੈ ਔਰ ਆਨੰਦ ਦੀ ਅਵਸਥਾ ਵਿੱਚ ਲਾ ਜਾਂਦਾ ਬਿਲਕੁਲ ਇਸ ਲੋਭ ਲੈਰ ਤੋਂ ਯਾਸਾ ਤ੍ਰਿਸ਼ਨਾ ਵਾਸਨਾ ਤੋਂ ਬਿਲਕੁਲ ਉੱਪਰ ਉੱਠ ਜਾਂਦਾ ਹੈ ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਇਹ ਕਹਿੰਦੇ ਸ਼ਾ ਬਾਦਸ਼ਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਇਹ ਹੁਣ ਗੁਰੂ ਪਿਆਰੋ ਜਿੰਨਾ ਚਿਰ ਅਸੀਂ ਇਸ ਤ੍ਰਲੋਕੀ ਵਿੱਚ ਰਹਨੇ ਉਹਨਾਂ ਚਿਰ ਇਹ ਕਾਰਜ ਦੀ ਇਥੋਂ ਦੀ ਜ਼ਿੰਮੇਵਾਰੀ ਅਸੀਂ ਆਪਦੇ ਉੱਪਰ ਰੱਖਦੇ ਆਂ ਤੇ ਜੇਕਰ ਅਸੀਂ ਥਿਰ ਕਰਦੇ ਵਿੱਚ ਆਸਨ ਲਾ ਲਈਏ ਤੇ ਫਿਰ ਸਹਿ ਸੁਭਾਈ ਉਹ ਮਾਲਕ ਸਾਡੇ ਕਾਰਜ ਜਿਹੜੇ ਕਰਦਾ ਇਸ ਕਰਕੇ ਹੁਣ ਸਾਨੂੰ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਦੀ ਮਤ ਛੱਡਣੀ ਪੈਗੀ ਪਰ ਮਹਾਰਾਜ ਕਹਿੰਦੇ ਇਕੱਠ ਨੂੰ ਬਹੁਤ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈ ਨਹੀਂ ਜੇਕਰ ਸਾਨੂੰ satsangat ਨਸੀਬ ਹੋ ਜਾਏ ਪੂਰਾ ਗੁਰੂ ਮਿਲ ਜਾਏ ਜਿਹੜਾ ਸਾਨੂੰ ਇਸ ਕਥਾ ਕਹਾਣੀ ਨੂੰ ਸੁਣਾਏ ਇਸ ਖੇਲ ਨੂੰ ਸਮਝਾਏ ਤਾਂ ਜੋ ਸਾਡਾ ਮਨ ਇਸ ਤਰਲੋਕੀ ਤੋਂ ਅਤੀਤ ਹੋ ਸਕੇ ਹੁਣ ਮਹਾਰਾਜ ਸਮਝਾਉਂਦੇ ਵੀ ਜਦੋਂ ਅਸੀਂ satsangat ਦੇ ਵਿੱਚ ਪਹੁੰਚਦੇ ਆਂ ਜਿੱਥੇ ਨਾਮ ਤੇ ਸੱਚ ਦੀ ਵਡਿਆਈ ਹੁੰਦੀ ਹੈ ਉਥੇ ਸਾਨੂੰ ਸਮਝਾਇਆ ਜਾਂਦਾ ਵੀ ਤੁਸੀਂ ਜਿਹੜਾ ਤਾਪ ਦਾ ਰਸਤਾ ਅਖਤਿਆਰ ਕੀਤਾ ਹੋਇਆ ਨਾ ਇਹ ਮਾਰਗ ਜਿਹੜਾ ਥਿਰ ਨਹੀਂ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੇ ਤੁਸੀਂ ਇਸ ਰਸਤੇ ਤੇ ਚੱਲਦੇ ਰਹੋਗੇ ਜੀਵਨ ਦੀ ਬਾਜੀ ਹਾਰ ਦੇੋਗੇ ਇਸ ਕਰਕੇ ਹੁਣ ਤੁਸੀਂ ਰਸਤਾ ਬਦਲੋ ਲਿਖਦਾ ਰਸਤਾ ਅਖਤਿਆਰ ਕਰੋ ਇਸ ਰਸਤੇ ਤੇ ਚੱਲਦੇ ਆ ਸਾਡਾ ਮਨ ਜਿਹੜਾ ਹੈ ਚਾਸਾ ਸੰਤੋਖ ਦਾ ਸਾਥ ਲੈਂਦਾ ਤੇ ਮਹਾਰਾਜ ਸਾਨੂੰ ਗੁਰਬਾਣੀ ਵੀ ਸਮਝਾਉਂਦੇ ਵੀ ਇਹ ਸੰਤਾਂ ਦਾ ਮਾਰਗ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਜਦੋਂ ਅਸੀਂ ਇਸ ਰਸਤੇ ਤੇ ਚੱਲਾਂਗੇ ਇਸ ਰਸਤੇ ਤੇ ਚੱਲਦੇ ਹੋਇਆ ਸਿਮਰਨ ਕਰਦੇ ਹੋਇਆ ਸਾਡਾ ਮਨ ਇਸਤਰੀ ਲੋਕੀ ਤੋਂ ਤੀਤ ਹੋ ਜਾਏਗਾ ਅੱਗੇ ਜਿਹੜਾ ਪਾਉ ਸਾਗਰ ਆ ਜਾਏਗਾ ਫਿਰ ਅਸੀਂ ਉਸ ਦਰ ਤੇ ਰੁਕਣਾ ਹੁੰਦਾ ਹੈ ਜਦੋਂ ਅਸੀਂ ਦਰ ਤੇ ਰੁਕਾਂਗੇ ਉੱਥੇ ਸ਼ਬਦ ਚੱਲਦੇ ਨੇ ਜਿਹਨੂੰ ਮਾਰਗ ਕਹਿੰਦੇ ਸੋ ਦਰ ਕੇਹਾ ਸੋ ਕਰ ਕੇ ਹਜਤ ਬੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇ ਤੇ ਵਵਨ ਹਾਰੇ ਉਹ ਫਿਰ ਉੱਥੋਂ ਅਸੀਂ ਬੈਠ ਕੇ ਪਹਿਚਾਨ ਕਰਨੀ ਹੁੰਦੀ ਹੈ ਜਿਹੜਾ ਉਹ ਮਾਲਕ ਦਾ ਬੇੜਾ ਹੈ ਉਹ ਨਾਮ ਉਹ ਨਾਦ ਸਹਿਤਨ ਜਦੋਂ ਅਸੀਂ ਉਸ ਦੀ ਪਹਿਚਾਨ ਕਰਾਂਗੇ ਜਿਸ ਨੂੰ ਮਹਾਰਾਜ ਕਹਿੰਦੇ ਸਾਧੂ ਹੋਵੇ ਭਗਤ ਪਛਾਣੇ ਹਰ ਲੈ ਖਜਾਨੇ ਪਾਈ ਉਸ ਫਿਰ ਸ਼ਬਦ ਦੇ ਵਿੱਚ ਸਾਡੀ ਸੁਰਤੀ ਨੇ ਸਵਾਰ ਹੋਣਾ ਪਾਉ ਸਾਗਰ ਨੂੰ ਪਾਰ ਕਰਨ ਜੋ ਅਸੀਂ ਰੋਜ਼ ਪੜ੍ਹਦੇ ਹਾਂ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਉਸ ਨਾਮ ਦੇ ਉੱਪਰ ਸਾਡੀ ਜਦੋਂ ਸੁਰਤੀ ਨੇ ਸਵਾਰ ਹੋਣਾ ਹੈ ਮਹਾਰਾਜ ਕਹਿੰਦੇ ਸੁਰਤੀ ਸੁਰਤਰ ਲਈਏ ਏਤ ਤਨ ਕਾ ਤੁਲਹਾ ਲੰਗਿਏ ਚੇਤ ਉਹ ਫਿਰ ਅਸੀਂ ਆਪ ਦੇ ਥਿਰ ਕਰ ਪਹੁੰਚ ਜਾਗੇ ਨਿਜ ਕਰ ਪਹੁੰਚ ਜਾਗੇ ਉਥੇ ਫਿਰ ਅਸੀਂ ਬੈਠ ਕੇ ਭਗਤੀ ਕਰਨੀ ਹੁੰਦੀ ਹੈ ਸ਼ਬਦ ਨੂੰ ਸੁਣਨਾ ਹੁੰਦਾ ਜਿਵੇਂ ਜਿਵੇਂ ਸੁਣੀ ਜਾਵਾਂਗੇ ਇਸ ਦੇ ਵਿੱਚ ਸਮਾਈ ਜਾਵਾਂਗੇ ਆਨੰਦ ਬੰਦਾ ਜਾਏਗਾ ਵੱਡੇ ਭਾਗਾਂ ਵਾਲੇ ਹੋ ਜਾਣਗੇ। ਮਾਰੇ ਕਹਦੇ ਆਣ ਦਸ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਲੇਕਿਨ ਹੁਣ ਇੱਥੇ ਪਹੁੰਚਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਨੌ ਦਰਾਂ ਨੂੰ ਬੰਦ ਕਰਨਾ ਪੈਂਦਾ ਹੈ। ਇਹਨਾਂ ਦਾ ਸਬੰਧ ਇਸ ਬਾਸ ਦੇ ਨਾਲ ਹੈ, ਚਮੜੇ ਦੇ ਨਾਲ। ਮਾਰੇ ਕਹਿੰਦੇ ਇਹਨਾਂ ਨੂੰ ਰੋਕਣਾ ਆਪ ਗੁਰੂ ਦੇ ਸ਼ਬਦ ਰਾਹੀਂ। ਸ਼ਬਦ ਦੀ ਧੁਨ 'ਤੇ ਧਿਆਨ ਰੱਖ ਕੇ। ਉਹ ਫਿਰ ਆਪਾਂ ਜਦੋਂ ਸਿਮਰਨ ਕਰਦੇ ਹਾਂ ਸਵਾਸ ਗਰਾਸ ਜਿਸ ਨੂੰ ਮਾਰੇ ਕਹਿੰਦੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਏ ਅੰਦਰ ਨੂੰ ਜਾਂਦੇ ਸਵਾਸ ਨਾ ਵਾਹਿ ਬੋਲ ਕੇ ਸੋੰਦੇ ਬਾਹਰ ਨੂੰ ਉਹ ਦਿਨ ਨਾਲ ਗੁਰੂ ਸਾਡਾ ਮਨ ਜਿਹੜਾ ਅੰਤਰਮੁਖੀ ਹੁੰਦਾ ਜਾਂਦਾ ਹੈ ਇਹ ਸ਼ਬਦ ਦੀ ਤੁਹਾਨੂੰ ਇਹ ਸਮਾਉਂਦਾ ਹੈ ਇਹ ਤੁਨ ਜਿਹੜੀ ਹੈ ਸਾਨੂੰ ਅੱਗੇ ਉਸ ਨਾਮ ਦੇ ਨਾਲ ਨਾਦ ਨਾਲ ਜੁੜ ਦਿੰਦੀ ਇਹ ਨਾਮ ਦਰਬੰਦ ਹੋ ਜਾਂਦੇ ਸੀ ਦਸਵੇਂ ਚ ਪਰਵੇਸ਼ ਹੋ ਜਾਂਦੇ ਇਸ ਕਰਕੇ ਮਾਰੇ ਸਮਝਾਉਂਦੇ ਵੀ ਨਾਮ ਦਰ ਠਾ ਕੇ ਤਾਪਤ ਰਹਾਏ 10ਵੇਂ ਨੇ ਚਰਵਾਸਾ ਪਾਏ ਉਥੇ ਅਨਹਦ ਸ਼ਬਦ ਬੱਚੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਨੇ ਆਪ ਦੇ ਘਰ ਚਲੇ ਗਏ ਭਗਤੀ ਸ਼ੁਰੂ ਹੋ ਗਈ ਉਥੇ ਫਿਰ ਸੈ ਸਭਾਈ ਇਹ ਜਿਹੜਾ ਮਾਲਕ ਆ ਸਾਨੂੰ ਭਗਤੀ ਪਦਵੀ ਦੇ ਦਿੰਦਾ ਸੁਖਮੈਲ ਵਿੱਚ ਸਾਡਾ ਵਾਸਾ ਹੋ ਜਾਂਦਾ ਜਿਸ ਨੂੰ ਮਾਰਾ ਕਹਿੰਦੇ ਸੁਖਮੈਲ ਜਾ ਕੇ ਉੱਚ ਦਵਾਰੇ ਤਾਂ ਮੈਂ ਵਾਸੀ ਭਗਤ ਪਿਆਰੇ ਫਿਰ ਉਹ ਜਿਹੜਾ ਸਾਡਾ ਭੋਜਨ ਹੈ ਨਾਮ ਬਣ ਜਾਂਦਾ ਹੈ ਮਾਰੇ ਕਹਿੰਦੇ ਭਗਤਾਂ ਕਾ ਭੋਜਨ ਨਾਮ ਨਰੰજન ਇਹਨਾਂ ਨੂੰ ਭਗਤ ਵਡਿਆਈ ਵਿਝ ਕਰਵਾਸਾ ਸਦਾ ਹਰ ਸੇਵਨ ਹਰ ਦਰ ਸੋਪਾ ਭਾਈ ਫਿਰ ਉਹ ਗੁਰੂੰਪਿਆਰੋ ਇਸ ਅਵਸਥਾ ਵਿੱਚ ਜਦੋਂ ਬਣ ਗਿਆ ਔਰ ਮਨ ਦੇ ਵਿੱਚ ਪਹੁੰਚ ਗਿਆ ਔਰ ਮਨ ਦੇ ਵਿੱਚ ਗਏ ਹੋਏ ਮਨ ਦਾ ਆਪ ਜਿਹੜਾ ਖਤਮ ਹੋ ਜਾਂਦਾ ਪੂਰੀ ਸਹਿਜ ਹੁੰਦੀ ਉੱਥੇ ਉਦੋਂ ਫਿਰ ਉਹ ਮਾਲਕ ਜਿਹੜਾ ਸਾਡੇ ਕਾਰਜ ਨੂੰ ਸੰਭਾਲਦਾ ਉਦੋਂ ਫਿਰ ਮਾਰੇ ਕਹਿੰਦੇ ਵੀ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣਾ ਆ ਰਾਮ ਸੋ ਇਹ ਨਹੀਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਆਪਾਂ ਕੋਸ਼ਿਸ਼ ਕਰਨੀ ਕਿ ਆਪਾਂ ਵੀ ਸੱਚ ਤੋਂ ਪੈਦਾ ਹੋਏ ਸਾਰੇ ਸੰਤ ਸਾਡਾ ਮਨ ਲੇਕਿਨ ਇਸ ਕਾਲ ਦੇ ਖੇਲ ਦੇ ਨਾ ਸਮਝਣ ਕਰਕੇ ਅਸੀਂ ਇਸ ਮਾਇਆ ਦੇ ਵਿੱਚ ਉਲਝ ਗਏ ਹਿਸ ਕਰਕੇ ਅਸੀਂ ਘਰ ਤੋਂ ਦੂਰ ਹੋ ਗਏ ਸੰਗਤ ਕਰਕੇ ਆਪਾਂ ਨਾਮ ਦੇ ਵਿੱਚ ਸਬਾਉਣਾ ਲੋਕ ਵੀ ਸੁਖੀ ਪਰ ਲੋਕ ਵੀ ਸੁਖੀ ਉਸ ਪ੍ਰਲੋਕ ਦੇ ਵਿੱਚ ਵੀ ਸਾਨੂੰ ਥਾਂ ਮਿਲ ਜੇਗੀ ਇਸ ਕਰਕੇ ਮਾਰਕੰਡੇ ਗੁਰ ਕੇ ਚਰਨ ਸਰੇਵਣੇ ਤੀਰਸ ਹਰਨਾਉ ਅਗੇ ਤਰਗਾ ਮੰਨੀਏ ਮਿਲੇ ਨਾ ਥਾਵੇਂ ਥਾਉ ਸੋ ਗੁਰਮ ਪਿਆਰਿ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਾਡੀ ਚਿੰਤਾ ਜਿਵੇਂ ਜਿਵੇਂ ਨਾਮ ਜਪਾਵਾਂਗੇ ਦੂਰ ਹੁੰਦੀ ਜਾਏਗੀ ਤ੍ਰਿਸ਼ਨਾ ਖਤਮ ਹੋ ਜਾਏਗੀ ਜਿਸ ਨੂੰ ਮਾਰਕੰਡੇ ਕਹਿੰਦੇ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਸੋ ਇਹ ਨਾਮ ਸਾਡੇ ਅੰਦਰ ਹੈ ਇਸ ਨੂੰ ਖੋਜਣ ਦੀ ਲੋੜ ਹੈ ਉਹਦੇ ਵਾਸਤੇ ਸਾਨੂੰ ਸੰਗਤ ਚਾਹੀਦੀ ਹੈ ਜਿਵੇਂ ਜਿਵੇਂ ਸੰਗਤ ਵਿੱਚ ਆਵਾਂਗੇ ਮਹਾਰਾਜ ਕਿਰਪਾ ਹੋ ਜੇਗੀ ਪੋਲ ਚੌਕ ਦੇ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ